जाम जो हमने पिया औरों को भी हम पिला के चले। ਪਿਛਲੇ ਦਿਨੋਂ ਤੁਸੀਂ ਦੇਖ ਸਕਦੇ ਸੀਗੇ ਕਿ ਗੁਰਪ੍ਰੀਤ ਬਾਬਾ ਜਿਹੜਾ USA ਦੇ ਨਾਮ ਤੋਂ ਬੜਾ ਹੀ ਪ੍ਰਫੁੱਲਿਤ ਹੈਗਾ ਹੈ, ਔਰ ਤੁਸੀਂ ਦੱਸ ਦਈਏ ਕਿ ਉਹਨਾਂ ਨੇ ਅਸੀਂ ਜਿਹੜਾ ਈਸਾਈ ਧਰਮ ਨੂੰ ਕਾਫੀ ਗਲਤ ਅਪਸ਼ਬਦ ਬੋਲੇ ਉਹਨੂੰ ਲੈ ਕੇ ਕਿਤੇ ਨਾ ਕਿਤੇ ਤੁਹਾਨੂੰ ਦੱਸ ਦਈਏ ਕਿ ਹਰ ਵਰਗ ਦੇ ਵਿੱਚ ਇਸ ਸਮੇਂ ਰੋਸ਼ ਪਾਇਆ ਜਾ ਰਿਹਾ। ਇਸ ਸਮੇਂ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਵੀ ਸਾਡੇ ਨਾਲ ਮੌਜੂਦ ਹੀ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮਸੀਹ ਭਾਈਚਾਰਾ ਜਿਹੜਾ ਹੈਗਾ, ਅਸੀਂ ਸ਼ਾਂਤੀ ਪਸੰਦ ਲੋਕ ਹਾਂ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਹਾਂ, ਸਿੱਖ ਸਾਡੇ ਵੱਡੇ ਭਰਾ ਨੇ, ਸਾਡਾ ਸਿੱਖ ਕਮਿਊਨਿਟੀ ਦੇ ਨਾਲ ਬਹੁਤ ਪਿਆਰ ਹੈ, ਸਾਡਾ ਵਪਾਰ ਸਾਂਝੇ ਨੇ, ਸਾਡੇ ਮਰਨ ਜੀਨ ਸਾਂਝਾ ਵਾ। ਮਗਰ ਬੇਨਤੀ ਇਹ ਹੈਗੀ ਆ ਵੀ ਇੱਕ ਬੰਦਾ ਜਿਹੜਾ ਬਾਹਰੋਂ ਆ ਕੇ ਜਿਹੜਾ ਆਪਣੇ ਆਪ ਨੂੰ ਗੁਰਪ੍ਰੀਤ ਉਦਾਸੀ ਵੀ ਦੱਸਦਾ ਵਾ, ਗੁਰਪ੍ਰੀਤ USA ਵਾਲਾ ਵੀ ਦੱਸਦਾ, ਇਹ ਬੰਦਾ ਬਾਹਰ ਟਰੱਕ ਡਰਾਈਵਰ ਹੈਗਾ ਸੀ। ਔਰ ਆਪਾਂ ਵੀ ਜਾਣਦੇ ਹਾਂ ਵੀ ਬਾਹਰ ਹੁਣ ਫੋਰਨ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਕੰਮ ਨਹੀਂ ਮਿਲ ਰਿਹਾ, ਇਹਨੂੰ ਲੱਗਾ ਵੀ ਮੈਂ ਇੱਥੇ ਜਿਹੜਾ ਕਾਮਯਾਬ ਨਹੀਂ ਹੋ ਰਿਹਾ, ਇਹ ਵਿਜ਼ਟਰ ਵੀਜ਼ਾ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਇੱਥੇ ਆਇਆ ਪੰਜਾਬ ਦੇ ਵਿੱਚ, ਔਰ ਮਸੀਹ ਭਾਈਚਾਰੇ ਨੂੰ ਬੜੀ ਭੱਦੀ ਸ਼ਬਦਾਵਲੀ ਦੇ ਨਾਲ ਸੰਬੋਧਿਤ ਕਰ ਰਿਹਾ। ਕਦੀ ਕਹਿੰਦਾ ਮਸੀਹ ਭਾਈਚਾਰਾ ਗੰਦ ਆ, ਕੂੜਾ ਵਾ, ਔਰ ਇਹਦੇ ਨਾਲ ਜਿਹੜੇ ਸਾਥੀ ਨੇ ਉਹ ਵੀ ਆਪਣੇ ਸ਼ਬਦਾਂ ਦੀ ਮਾਨ ਮਰਿਆਦਾ ਭੁੱਲ ਕੇ ਜੋ ਉਹਨਾਂ ਦੇ ਮੂੰਹ 'ਚ ਹੁੰਦਾ ਮਸੀਹ ਭਾਈਚਾਰੇ ਦੇ ਖਿਲਾਫ਼ ਬੋਲੀ ਜਾਂਦੇ ਨੇ। ਉਹ ਦੱਸਦੇ ਨੇ ਵੀ ਚਰਚਾਂ ਦੇ ਵਿੱਚ ਗੰਦ ਜਾਂਦਾ ਵਾ, ਕੂੜਾ ਜਾਂਦਾ, ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਵਾਂ, ਔਰ ਅਸੀਂ ਇਹ ਇਹਨਾਂ ਦੇ ਸ਼ਬਦਾਂ ਦੀ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ, ਔਰ ਇਹਨਾਂ ਨੂੰ ਤਾੜਨਾ ਵੀ ਕਰਦੇ ਹਾਂ ਵੀ ਆਪਣੇ ਸ਼ਬਦਾਂ ਦੀ ਮਾਨ ਮਰਿਆਦਾ ਰੱਖਣੀ ਚਾਹੀਦੀ ਹੈ। ਔਰ ਅੱਜ ਅਸੀਂ ਸਾਡੇ ਨਾਲ ਸਾਡੇ ਵੱਡੇ ਭਰਾ ਲੁਧਿਆਣੇ ਤੋਂ ਐਲਬਰਟ ਦੂਆ ਜੀ, ਰਾਜ ਜੀ, ਔਰ ਸਾਡੇ ਜਿੰਨੇ ਸਾਰੇ ਪਾਸਟਰ ਸਾਹਿਬਾਨ ਹੈਗੇ, ਅਸੀਂ ਸਾਰੇ ਇਕੱਠੇ ਹੋ ਕੇ DC ਸਾਹਿਬ ਨੂੰ ਅਸੀਂ ਮੰਗ ਪੱਤਰ ਵੀ ਦੇ ਕੇ ਆਏ ਹਾਂ, ਔਰ ਜਿਹੜੇ ਸਾਡੇ CP ਸਾਹਿਬ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦੇ ਕੇ ਆਏ, ਔਰ ਇੱਕ ਦਰਖਾਸਤ ਵੀ ਇਹਨਾਂ ਦੇ ਖਿਲਾਫ਼ ਦੇ ਕੇ ਆਏ ਵੀ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਔਰ ਪਿਛਲੇ ਦਿਨਾਂ ਦੇ ਵਿੱਚ ਦੱਸਦੇ ਸੀ ਵੀ ਜਿਹੜੇ ਕ੍ਰਿਸਚਨ ਸਕੂਲ ਹੈਗੇ ਉੱਥੇ ਸਿਰਫ ਕ੍ਰਿਸ਼ਨਾ ਦੇ ਬੱਚੇ ਹੀ ਪੜ੍ਹਦੇ ਨੇ, ਮਗਰ ਸਾਨੂੰ ADC ਸਾਹਿਬ ਨੇ ਦੱਸਿਆ ਕਿ ਮੇਰੀ ਆਪਣੀ ਬੇਟੀ ਆਪ ਖੁਦ ਜਿਹੜੀ ਕ੍ਰਿਸਚਨ ਸਕੂਲ 'ਚ ਪੜ੍ਹਦੀ ਆ। ਔਰ ਅਸੀਂ ਗੱਲ ਨੂੰ ਭਲੀ ਭਾਂਤੀ ਜਾਣਦੇ ਹਾਂ ਵੀ ਅੱਜ ਵੱਡੇ ਵੱਡੇ ਅਫਸਰ IPS ਆਫਿਸਰ DC ਸਾਹਿਬਾਨ ਜਿੰਨੇ ਵੀ ਲੱਗੇ ਨੇ ਜਾਂ ਆਪਣੇ CP ਸਾਹਿਬਾਨ ਨੇ ਜਾਂ SSP ਸਾਹਿਬਾਨ ਨੇ, ਉਹਨਾਂ ਦੇ ਬੱਚੇ ਉਹ ਕ੍ਰਿਸਚਨ ਸਕੂਲਾਂ 'ਚ ਪੜ੍ਹੇ ਨੇ, ਉਹਨਾਂ ਦੇ ਉੱਥੋਂ ਵਿੱਦਿਆ ਹਾਸਲ ਕਰਕੇ ਆਪਣੇ ਦੇਸ਼ ਦਾ ਨਾਮ ਔਰ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ। ਅੱਜ ਮੈਂ ਪ੍ਰਭੂ ਯੇਸੂ ਮਸੀਹ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤੇ ਕਿ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਪਿਆਰ ਕਰੋ, ਆਪਣੇ ਗਵਾਂਢੀ ਨੂੰ ਆਪਣੇ ਵਾਂਗ ਪਿਆਰ ਕਰੋ, ਅਤੇ ਜੇ ਕੋਈ ਗਲਤੀ ਗੁਨਾਹ ਕਰਦਾ ਹੈ ਉਹਨੂੰ ਮਾਫ਼ ਕਰੋ। ਫਸਟ ਆਫ ਆਲ ਮੈਂ ਅੱਜ ਲੁਧਿਆਣੇ ਸਾਡੇ ਬ੍ਰਦਰ ਅੰਕੁਰ ਨਰੂਲਾ ਮਿਨਿਸਟਰੀ ਤੋਂ ਅਤੇ ਗਲੋਬਲ ਐਕਸ਼ਨ ਕਮੇਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਗੌਰਵ ਜੀ ਸਾਡੇ 'ਚ ਮੌਜੂਦ ਨੇ, ਉਹਨਾਂ ਦੀ ਸਾਰੀ ਗਲੋਬਲ ਕਮੇਟੀ ਦੀ ਟੀਮ ਮੌਜੂਦ ਹੈ, ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਭਰਾ ਰਾਜ ਜੀ, ਨਿਖਿਲ ਜੀ, ਬੌਬੀ ਜੀ, ਪਾਸਟਰ ਸੈਮੂਅਲ ਜੀ ਅਤੇ ਹੋਰ ਸਾਰੇ ਪਾਸਟਰ ਸਾਹਿਬਾਨ, ਸੀਨੀਅਰ ਪਾਸਟਰ, ਕਿਉਂਕਿ ਪ੍ਰਭੂ ਦੇ ਦਾਸ ਆਦਰ ਦੇ ਯੋਗ ਨੇ, ਉਹਨਾਂ ਦਾ ਮੈਂ ਧੰਨਵਾਦੀ ਹਾਂ। ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਗੁਰਪ੍ਰੀਤ ਬਾਬਾ ਜੀ, ਉਹਦੇ ਨਾਲ ਬਾਬਾ ਜੀ ਲਾਣਾ ਵੀ ਮੈਂ ਚੰਗਾ ਨਹੀਂ ਸਮਝਦਾ, ਕਿਉਂਕਿ ਉਹਦੇ ਵਿੱਚ ਕੋਈ ਸੰਤਾਂ ਦੀ ਮਹਾਂਪੁਰਖਾਂ ਵਾਲੀ ਗੱਲ ਨਹੀਂ ਹੈ, ਜਿਹੜਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪੰਕਤੀ ਹੈ, ਇੱਕ ਸ਼ਬਦ ਹੈ ਕਿ ਮਾਨਸ ਕੀ ਜਾਤ ਸਭ ਏਕ ਪਹਿਚਾਨ ਵੋ,
ਵੀ ਜਦ ਅਸੀਂ ਸਾਰਿਆਂ ਨੂੰ ਇੱਕ ਮੰਨਣਾ ਅਤੇ ਫਰਕ ਅਤੇ ਭੇਦਭਾਵ ਅਤੇ ਰੰਗ ਰੂਪ ਕਿੱਥੇ ਰਹਿ ਜਾਂਦਾ ਆ। ਗੱਲ ਅੱਜ ਦੀ ਜਨਰੇਸ਼ਨ ਬਹੁਤ ਅਗਰੈਸਿਵ ਹੋ ਚੁੱਕੀ ਹੈ, ਅੱਜ ਦਾ ਯੂਥ ਬਹੁਤ ਅਗਰੈਸਿਵ ਹੋ ਚੁੱਕਿਆ ਆ। ਉਹ ਕਹਿੰਦੇ ਜਦ ਅਸੀਂ ਕਿਸੇ ਦੇ ਧਰਮ ਦੀ ਨਿੰਦਾ ਨਹੀਂ ਕਰਦੇ, ਕਿਸੇ ਦੇ ਗੁਰੂ ਦੀ ਨਿੰਦਾ ਨਹੀਂ ਕਰਦੇ, ਤਾਂ ਸਾਡੇ ਧਰਮ ਨੂੰ ਕਿਉਂ ਨਿੰਦਿਆ ਜਾ ਰਿਹਾ ਆ? ਅੱਜ ਜੇ ਦੇਖਿਆ ਜਾਵੇ ਸਾਡੇ ਨਾਲ ਕਿਤੇ ਨਾ ਕਿਤੇ ਮੱਧਮ ਸ਼ੁਮਾਰੀ ਦੇ ਵਿੱਚ ਬੇਈਮਾਨੀ ਹੁੰਦੀ ਰਹੀ ਹੈ। ਸਾਡਾ ਭਾਈਚਾਰਾ ਪਹਿਲੇ ਹੀ ਬਹੁਤਾਤ ਦੇ ਵਿੱਚ ਸੀ, ਸਾਡੀਆਂ ਅਲੱਗ ਅਲੱਗ ਡਿਨੋਮੀਨੇਸ਼ਨਸ ਕੰਮ ਕਰਦੀਆਂ ਨੇ, ਜਿਵੇਂ ਰੋਮਨ ਕੈਥੋਲਿਕ ਡਿਨੋਮੀਨੇਸ਼ਨ, ਪ੍ਰੋਟੋਸਟੈਂਟ ਡਿਨੋਮੀਨੇਸ਼ਨ ਜਿਹਦੇ ਕਈ ਪਾਰਟ ਨੇ, ਪੈਂਟੀਕੋਸਟ ਡਿਨੋਮੀਨੇਸ਼ਨ ਜਿਹਦੇ ਕਈ ਪਾਰਟ ਨੇ। ਉਹਨਾਂ ਦੇ ਆਪਣੇ ਆਪਣੇ ਤਰ੍ਹਾਂ ਦੇ ਰਿਚੁਅਲ ਨੇ ਅਤੇ ਆਪਣੇ ਆਪਣੇ ਤੌਰ ਤਰੀਕੇ ਨੇ। ਸਾਰਿਆਂ ਨੂੰ ਇੱਕ ਦੂਜੇ ਨਾਲ ਮਿਲਾਇਆ ਨਹੀਂ ਜਾ ਸਕਦਾ। ਅੱਜ ਉਹ ਸਾਡੀਆਂ ਪ੍ਰਾਰਥਨਾ ਕਰਨ ਦੇ ਢੰਗ ਨੂੰ ਮਜ਼ਾਕ ਉਡਾ ਰਹੇ ਨੇ, ਸਾਡੀ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਪੜ੍ਹਨ ਵਾਲੀ ਪਵਿੱਤਰ ਬਾਈਬਲ ਨੂੰ ਜਾਲੀ ਦੱਸ ਰਹੇ ਨੇ, ਸਾਡੇ ਸਮਾਜ ਨੂੰ ਕੂੜਾ ਕਰਕਟ ਦੱਸ ਰਹੇ ਨੇ, ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਲਾਚਾਰ ਦੱਸ ਰਹੇ ਆ, ਸਾਡੇ ਜਿਹੜੇ ਬਿਮਾਰ ਲੋਕ ਨੇ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਆ। ਇੱਦਾਂ ਦੀਆਂ ਕਈ ਚੀਜ਼ਾਂ ਉਹ ਧਰਮ ਸਮਾਜ ਵਿੱਚ ਫੈਲਾ ਰਹੇ ਨੇ, ਜਿਹਦੇ ਨਾਲ ਸਾਡੇ ਧਰਮ ਨੂੰ, ਸਾਡੇ ਯੂਥ ਨੂੰ ਬਹੁਤ ਠੇਸ ਪਹੁੰਚੀ ਹੈ। ਅਤੇ ਅੱਜ ਅਸੀਂ DC ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਕਿ ਇਹਦੀ ਇਨਕੁਆਇਰੀ ਖੋਲ੍ਹ ਕੇ ਇਹਦੇ ਉੱਤੇ ਬਣਦੀਆਂ ਧਾਰਾਵਾਂ ਲਾਈਆਂ ਜਾਣ ਅਤੇ ਇਹਨੂੰ ਡਿਪੋਰਟ ਇਹਦੀ ਕੰਟਰੀ ਕੀਤੀ ਜਾਏ। ਕਿਉਂਕਿ ਅੱਜ ਸਾਡੇ ਨਾਲ ਜਤਿੰਦਰ ਗੌਰਵ ਜੀ ਬੈਠੇ ਨੇ, ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਮ ਕਰਦੇ ਨੇ ਅਤੇ ਉਹਨਾਂ ਦੀਆਂ ਹਰ ਦੇਸ਼ ਦੇ ਵਿੱਚ ਸ਼ਾਖਾਵਾਂ ਨੇ, ਅਤੇ ਮੈਂ ਉਹਨਾਂ ਨੂੰ ਇੱਕ ਮੰਗ ਕਰੂੰਗਾ ਕਿ ਉਹ ਸਾਰੀਆਂ ਸ਼ਾਖਾਵਾਂ ਨੂੰ ਨਿਰਦੇਸ਼ ਦੇਣ ਕਿ ਇੱਦਾਂ ਦੇ ਲੋਕਾਂ ਦੀ ਉਸ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪ੍ਰਾਈਮ ਮਿਨਿਸਟਰਸ ਨੂੰ, ਨਹੀਂ ਪ੍ਰਾਈਮ ਮਿਨਿਸਟਰ ਅਤੇ ਪ੍ਰਧਾਨ ਮੰਤਰੀ ਇੱਕੋ ਗੱਲ ਆ, ਪ੍ਰੈਜ਼ੀਡੈਂਟਸ ਨੂੰ ਉਹ ਲੈਟਰ ਦੇਣ ਤਾਂ ਕਿ ਇੱਦਾਂ ਦੇ ਲੋਕ ਉੱਥੋਂ ਆ ਕੇ ਪੰਜਾਬ ਦਾ ਮਾਹੌਲ ਅਤੇ ਭਾਰਤ ਦਾ ਮਾਹੌਲ ਖਰਾਬ ਨਾ ਕਰ ਸਕਣ। CP ਸਾਹਿਬ ਨੂੰ, ਪੰਜਾਬ ਪੁਲਿਸ ਨੂੰ ਮੈਂ ਮੰਗ ਕਰਦਾ ਹਾਂ, ਕਿਉਂਕਿ ਉਹਨੇ ਪੂਰੇ ਪੰਜਾਬ ਦੇ ਭਾਈਚਾਰੇ ਨੂੰ ਠੇਸ ਪਹੁੰਚਾਈ ਹੈ। ਜਿੱਥੇ ਜਿੱਥੇ ਵੀ ਉਹਦੇ 'ਤੇ ਦਰਖਾਸਤ ਦਿੱਤੀ ਜਾਂਦੀ ਹੈ, ਇਹ ਨਾ ਦੇਖਿਆ ਜਾਏ ਕਿਹੜਾ ਜ਼ਿਲ੍ਹਾ ਆ ਜਿਹੜੇ ਭਾਈਚਾਰੇ ਨੂੰ ਠੇਸ ਲੱਗੀ ਹੈ, ਉਹ DC ਨੂੰ ਜਾਂ SSP ਸਾਹਿਬ ਨੂੰ ਜਾਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੰਦੇ ਆ, ਉੱਥੇ ਉਹਦੇ 'ਤੇ FIR ਰਜਿਸਟਰਡ ਕੀਤੀ ਜਾਏ। ਜਿਹਨਾਂ ਨੂੰ ਉਹ ਬਰਗਲਾ ਕੇ ਤਿਆਰ ਕਰ ਰਿਹਾ ਆ, ਉਹਨਾਂ 'ਤੇ ਵੀ FIR ਦਰਜ ਕੀਤੀ ਜਾਵੇ। ਇਹ ਸੀ ਸਾਡੇ ਨਾਲ, ਤੁਸੀਂ ਦੇਖ ਸਕਦੇ ਹੋ ਐਲਬਰਟ ਦੂਆ ਜੀ, ਅਤੇ ਨਾਲ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਦੇਖਦੇ ਹਾਂ ਕਿ ਇਸ ਸਮੇਂ ਈਸਾਈ ਭਾਈਚਾਰੇ ਦੇ ਵਿੱਚ ਰੋਸ਼ ਪਾਇਆ ਜਾ ਰਿਹਾ, ਕਿਉਂਕਿ ਗੁਰਪ੍ਰੀਤ ਬਾਬਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਅਤੇ USA ਤੋਂ ਆਇਆ ਹੋਇਆ, ਔਰ ਆ ਕੇ ਉਹਨੇ ਆ ਕੇ ਐਸੀ ਸ਼ਬਦਾਵਲੀ ਜਿਹੜੀ ਹੈਗੀ ਹੈ ਈਸਾਈ ਧਰਮ ਬਾਰੇ ਬੋਲੀ, ਜਿਹਦੇ ਨਾਲ ਕਿਤੇ ਨਾ ਕਿਤੇ ਪੂਰੇ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਈਸਾਈ ਧਰਮ ਦੇ ਵਿੱਚ ਰੋਸ਼ ਪਾਇਆ ਜਾ ਰਿਹਾ। ਹੁਣ ਦੇਖਣਾ ਹੋਏਗਾ ਕਿ ਇਹਦੇ ਉੱਤੇ ਪੁਲਿਸ ਕੀ ਕਾਰਵਾਈ ਕਰਦੀ ਹੈ, ਕਿਉਂਕਿ ਅੱਜ ਕੰਪਲੇਂਟ ਦੇ ਦਿੱਤੀ ਗਈ ਹੈ, ਅਤੇ ਹੁਣ ਦੇਖਣਾ ਹੈ ਕਿ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਇਹਨਾਂ ਉੱਤੇ ਕੀ ਕਾਰਵਾਈ ਕਰਦਾ। ਲੁਧਿਆਣਾ ਤੋਂ den Kummer und den Hass weil keiner spricht tauchen ab sehen nix denn der Nebel zu dicht morgen ist jetzt scheißegal wir geben komplett Gas ja hol doch